ਵਿਊਅਰਸ ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ। ਗੱਲਬਾਤ ਨੂੰ ਅੱਗੇ ਤੋਰਦੇ ਹਾਂ ਡਾਕਟਰ ਸਾਹਿਬ। ਜਿਵੇਂ ਸਾਰਾ ਪੈਟਰਨ ਜਿਹੜਾ ਚੱਲ ਰਿਹਾ ਇਹ ਸਾਰੇ ਦੇ ਵਿੱਚ ਭਾਰਤ ਦੇ ਵਿੱਚ ਜਿਹੜੇ ਹਾਲਾਤ ਬਣੇ ਹੋਏ ਆ, ਤੁਸੀਂ ਵੀ ਜ਼ਿਕਰ ਕਰਕੇ ਹਟੇ ਹੋ ਇਸੇ ਸ਼ੋਅ ਦੇ ਵਿੱਚ ਕਿ ਜਿਹੜਾ ਹਿੰਦੂਤਵ ਦਾ ਇਸ ਵਕਤ ਰੱਥ ਚੱਲ ਰਿਹਾ ਇਹਦਾ ਵਿਰੋਧ ਕਰਨ ਨੂੰ ਕੋਈ ਤਿਆਰ ਨਹੀਂ। ਭਾਵੇਂ ਉਹ ਕਸ਼ਮੀਰ ਦੀ ਗੱਲ ਹੋਵੇ, 5 ਅਗਸਤ ਦਾ ਦਿਨ ਸੀ, ਕੋਈ ਬੰਦਾ ਇਹ ਕਹਿਣ ਨੂੰ ਤਿਆਰ ਨਹੀਂ ਵੀ ਕਸ਼ਮੀਰ ਦੇ ਵਿੱਚ ਜਿਹੜਾ ਆਰਟੀਕਲ 370 ਹੈ ਜਾਂ ਸਪੈਸ਼ਲ ਸਟੇਟਸ ਜੋ ਕਸ਼ਮੀਰ ਦਾ ਸੀ ਉਹ ਵਾਪਸ ਰੀਸਟੋਰ ਕੀਤਾ ਜਾਵੇ। ਉਹੀ ਗੱਲ ਰਾਮ ਮੰਦਿਰ ਵਾਲੇ ਇਸ਼ੂ ਦੇ ਉੱਤੇ ਕੀ ਹੈ ਕੀ ਨਹੀਂ ਹੈ, ਗੱਲ ਉਹ 1992 ਤੋਂ ਲੈ ਕੇ ਹੁਣ ਜਿੱਥੇ ਆ ਕੇ ਖਲੋਤੀ ਹੈ, ਕੋਈ ਵੀ ਬੰਦਾ ਇਸ ਨੂੰ ਪੁੱਠਾ ਗੇੜਾ ਦੇਣ ਵੱਲ ਸੋਚ ਕੇ ਵੀ ਰਾਜ਼ੀ ਨਹੀਂ ਹੈਗੇ। ਉਹ ਰੀਜਨਲ ਪਾਰਟੀਜ਼ ਹੋਣ ਸਾਰੀਆਂ, ਦਿੱਲੀ ਤੋਂ ਲੈ ਕੇ ਕੰਨਿਆਕੁਮਾਰੀ ਤੋਂ ਕਸ਼ਮੀਰ ਤੱਕ, ਸਾਰਾ ਇਹੀ ਹਾਲ ਹੈ। ਪਰ ਸਿੱਖਾਂ ਦੀ ਜਾਂ ਸਿੱਖ ਕੌਮ ਦੀ ਇਹਦੇ ਵਿੱਚ ਜ਼ਰੂਰ ਹੈਗੀ ਹੈ, ਅਣਖ ਕਹਿ ਲਓ, ਗੈਰਤ ਕਹਿ ਲਓ, ਜਾਂ ਸਿੱਖੀ ਸਿਧਾਂਤ ਕਹਿ ਲਓ, ਗੁਰੂ ਸਾਹਿਬਾਨਾਂ ਦਾ ਜਿਹੜਾ ਸਾਰੀ ਉਹਨਾਂ ਦੀ ਲੈਗੇਸੀ ਹੈ, ਉਹਦੇ ਥੱਲੇ ਸਿੱਖਾਂ ਵੱਲੋਂ ਜ਼ਰੂਰ ਵਿਰੋਧ ਕੀਤਾ ਗਿਆ, ਪ੍ਰੋਟੈਸਟ ਕੀਤੇ ਗਏ ਨੇ, ਪੰਜਾਬ ਦੇ ਵਿੱਚ ਹੋਏ ਨੇ। ਇੱਥੇ ਅਸੀਂ ਟਾਈਮ ਸਕੁਆਇਰ ਦਾ ਜ਼ਿਕਰ ਕੀਤਾ, ਥਰੂ ਆਊਟ ਜਦੋਂ ਅਸੀਂ ਸੋਸ਼ਲ ਮੀਡੀਆ 'ਤੇ ਜਾਂ ਅਦਰਵਾਈਜ਼ ਦੇਖਦੇ ਹਾਂ ਤਾਂ ਸਿੱਖਾਂ ਵੱਲੋਂ ਇਸ ਦੇ ਖਿਲਾਫ਼ ਰੋਸ ਪ੍ਰਗਟ ਕੀਤਾ ਗਿਆ। ਅਤੇ ਉਹੀ ਗੱਲ ਜਦੋਂ ਉਹਨਾਂ ਨੇ ਹੁਣ ਇਨਵੀਟੇਸ਼ਨ ਵੀ ਭੇਜਿਆ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੂੰ, ਅਤੇ ਉਹਨਾਂ ਨੇ ਵੀ ਇੱਕ ਹਿਸਾਬ ਨਾਲ ਉਹੀ ਕੀਤਾ। ਜਦੋਂ ਉਹਨਾਂ ਨੂੰ ਪੁੱਛਿਆ ਕਿ ਜੀ ਹਾਂਜੀ ਤੁਸੀਂ ਇਨਵਾਈਟ ਤੁਹਾਨੂੰ ਆਇਆ ਸੀ ਜਾਣਾ, ਤੁਸੀਂ ਕਹਿੰਦੇ ਮੈਂ ਤਾਂ ਦੇਖਿਆ ਹੀ ਕੋਈ ਨਹੀਂ ਹੈਗਾ ਉਹਨਾਂ ਦਾ ਇਨਵੀਟੇਸ਼ਨ, ਕਹਿੰਦੇ ਜੀ ਉਹ ਤਾਂ ਮੀਡੀਆ 'ਚ ਵੀ ਛਪਿਆ, ਕਹਿੰਦੇ ਮੈਂ ਤਾਂ ਅਖਬਾਰ ਹੀ ਕੋਈ ਨਹੀਂ ਪੜ੍ਹੀ। ਵੀ ਹੁਣ ਜਦੋਂ ਇਹ ਇੱਕ ਤੁਸੀਂ ਸਿੱਖੀ ਦੀ ਗੱਲ ਕਰ ਲਓ ਜਾਂ ਸਿੱਖ ਸਿਧਾਂਤਾਂ ਦੀ ਗੱਲ ਕਰ ਲਓ, ਸੋ ਇਹਨੂੰ ਕਿਵੇਂ ਦੇਖਦੇ ਹੋ, ਅਤੇ ਆਉਣ ਵਾਲੇ ਸਮੇਂ ਦੇ ਵਿੱਚ ਕੀ ਇਹ ਇੱਕ ਐਜ਼ ਅ ਚੈਲੰਜ ਜਿਹੜਾ ਆਲਰੇਡੀ ਐਗਜ਼ਿਸਟ ਵੀ ਕਰਦਾ ਹਿੰਦੂਤਵਵਾਦੀ ਆਈਡੀਓਲੋਜੀ ਦੇ ਖਿਲਾਫ਼, ਵਿਸਾ ਵਿਸ ਜਦੋਂ ਉਹਨੂੰ ਇਨ ਕੰਪੈਰੀਜ਼ਨ ਦੇਖਦੇ ਹੋ ਅਤੇ ਕੀ ਨਜ਼ਰ ਆਉਂਦਾ? ਦੇਖੋ 1992 ਦੀ ਗੱਲ ਹੈ, ਪਾਕਿਸਤਾਨ ਤੋਂ ਇੱਕ ਜਰਨਲਿਸਟ ਅਮਰੀਕਾ ਆਏ ਔਰ ਉਹਨਾਂ ਨੂੰ ਪਹਿਲਾਂ ਕਿਸੇ ਨਿਊਯਾਰਕ ਦੇ ਹੀ ਗੁਰਦੁਆਰਾ ਸਾਹਿਬ ਜਾਣ ਦਾ ਮੌਕਾ ਮਿਲਿਆ ਜਿੱਥੇ ਕਿ ਵਪਾਰੀ ਕਿਸਮ ਦੇ ਸਿੱਖ ਜ਼ਿਆਦਾ ਸੀ ਔਰ ਉੱਥੇ ਉਹਨਾਂ ਨੇ ਜਿਵੇਂ ਪਾਕਿਸਤਾਨ ਤੋਂ ਆਏ ਉਹਨਾਂ ਨੂੰ ਸਾਰਿਆਂ ਨੂੰ ਪਤਾ ਸੀ ਪੰਜਾਬ 'ਚ ਕੀ ਚੱਲ ਰਿਹਾ, ਗੱਲ ਕਰਨੀ ਵੀ ਚਾਹੀ ਅਤੇ ਕਿਸੇ ਨੇ ਕੋਈ ਬਹੁਤਾ ਹੁੰਗਾਰਾ ਨਾ ਦਿੱਤਾ। ਉਹ ਕੁਛ ਟਾਈਮ ਬਾਅਦ ਉਹ ਟਰੈਵਲ ਕਰ ਰਹੇ ਸੀ ਅਰਾਊਂਡ ਕੈਲੀਫੋਰਨੀਆ, ਆਏ ਫਰੀਮੌਂਟ ਗੁਰਦੁਆਰਾ ਸਾਹਿਬ, ਜਦੋਂ ਆ ਕੇ ਉਹਨਾਂ ਨੇ ਉਹ ਸਾਰਾ ਦੇਖਿਆ ਔਰ ਬਾਅਦ ਦੇ ਵਿੱਚ ਉਹ ਗੱਲਬਾਤ ਕਹਿਣ ਲੱਗੇ ਕਿ ਜੀ ਹੈ ਤਾਂ ਉੱਥੇ ਵੀ ਨਿਊਯਾਰਕ ਫਲਾਣੇ ਥਾਂ ਗਏ, ਬੜੇ ਸੋਹਣੇ ਸਿੱਖ ਸੀ, ਪੱਗਾਂ ਵੀ ਬੜੀਆਂ ਸੋਹਣੀਆਂ ਸੀ, ਦਾੜੀਆਂ ਵੀ ਸੋਹਣੀਆਂ ਬੰਨੀਆਂ ਹੋਈਆਂ ਸੀ, ਪਰ ਜਦੋਂ ਖਾਲਿਸਤਾਨ ਦੀ ਗੱਲ ਕਰੋ ਤਾਂ ਉਹ ਅੱਖਾਂ ਚੁਰਾਉਣ ਲੱਗ ਜਾਂਦੇ ਸੀ ਇੱਧਰ ਉੱਧਰ। ਇੱਥੇ ਕਹਿੰਦਾ ਕਿ ਵੀ ਚਾਅ ਚੜ੍ਹ ਗਿਆ ਮੇਰਾ ਵੀ ਅੱਗੇ ਅੱਗੇ ਹੋ ਕੇ ਜਿਹੜਾ ਨਾਅਰੇ ਲਾਉਣ ਨੂੰ ਜੀ ਕਰਦਾ। ਜਿਵੇਂ ਮੈਂ ਕਿਹਾ ਜੀ ਗੱਲ ਇਹ ਹੈ ਕਿ ਵੀ ਇੱਕ ਜੰਗਲ ਦਾ ਸ਼ੇਰ ਹੁੰਦਾ, ਇੱਕ ਸਰਕਸ ਦਾ ਸ਼ੇਰ ਹੁੰਦਾ, ਸ਼ੇਰ ਹੀ ਹੈ, ਮੈਂ ਕਿਹਾ ਹੈ ਉਹ ਵੀ ਸ਼ੇਰ ਨੇ, ਪਰ ਹੁਣ ਉਹਨਾਂ ਦੀ ਪ੍ਰੋਬਲਮ ਇਹ ਹੈ ਕਿ ਇਹ ਵਪਾਰੀ ਨੇ, ਇਹਨਾਂ ਨੇ ਦਿੱਲੀ ਨਾਲ ਦੂਜੇ ਨਾਲ ਆਉਣਾ ਜਾਣਾ ਵੀ ਹੈ, ਵਪਾਰਕ ਸਾਂਝਾਂ ਵੀ ਰੱਖਣੀਆਂ ਨੇ, ਹੈ ਪਿੰਜਰੇ 'ਚ ਨੇ ਕਿਉਂਕਿ ਇਹਨਾਂ ਨੇ ਫਿਰ ਜਿਹੜੇ ਰਿੰਗ ਮਾਸਟਰ ਹੈ ਉਹਦੇ ਮੁਤਾਬਕ ਜਿਵੇਂ ਕਰੇ। ਪਰ ਮੈਂ ਕਿਹਾ ਕਿ ਵੀ ਇਹਨਾਂ ਨੂੰ ਅਲਟੀਮੇਟਲੀ ਇਹ ਸ਼ੇਰ ਹੀ ਨੇ, ਜਦੋਂ ਦੂਜੇ ਬੱਬਰ ਸ਼ੇਰਾਂ ਨੇ ਅਟੈਕ ਕਰਕੇ ਰਿੰਗ ਮਾਸਟਰ ਵਗੈਰਾ ਦੌੜਾ ਦਿੱਤਾ ਅਤੇ ਇਹਨਾਂ ਦੇ ਪਿੰਜਰੇ ਖੋਲ੍ਹੇ ਅਤੇ ਫਿਰ ਇਹਨਾਂ ਨੂੰ ਜ਼ਰੂਰ ਨਜ਼ਰ ਆਏਗਾ ਕਿ ਵੀ ਇਹ ਤਾਂ ਭੁਪਕਾਰ ਅਸੀਂ ਕੀ ਸੀ ਕੀ ਬਣੇ ਹੋਏ। ਉਹ ਬੜਾ ਹੱਸੇ ਜ਼ੋਰ ਦੀ, ਅਤੇ ਮੈਂ ਬਹੁਤ ਵਾਰੀ ਅਸੀਂ ਨਿਰਾਸ਼ ਵੀ ਹੁੰਦੇ ਹਾਂ ਪੰਜਾਬ ਦੇ ਹਵਾਲੇ ਨਾਲ ਜਦੋਂ ਕੋਈ ਗੱਲ ਹੁੰਦੀ ਹੈ ਕਿ ਜੀ ਇਹ ਬਾਦਲਾਂ ਨੇ ਕੀ ਕਿਹਾ, ਉਹਨੇ ਕੀ ਕਿਹਾ, ਅਕਾਲੀਆਂ ਨੇ ਕੀ ਕਿਹਾ, ਉਹਨਾਂ ਦੇ ਜਿਹੜੇ ਮਨੋਨੀਤ ਜਾਂ ਉਹਨਾਂ ਦੇ ਨੋਮੀਨੇਟਡ ਜਥੇਦਾਰ ਨੇ। ਪਰ ਮੈਂ ਵਧਾਈ ਤੋਂ ਗੱਲ ਸ਼ੁਰੂ ਕਰਾਂ, ਮੈਂ ਸਮਝਦਾ ਵੀ ਬੇਸ਼ੱਕ ਉੱਥੇ ਇੱਕ ਪਾਸੇ ਜੰਗਲੀ ਸ਼ੇਰਾਂ ਵਾਂਗ ਬੁੱਕਣ ਵਾਲੀਆਂ ਜਥੇਬੰਦੀਆਂ ਵੀ ਨੇ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਹੋਏ, ਦਲ ਖਾਲਸਾ ਹੋਏ, ਹੋਰ ਵੀ ਇੰਡੀਵਿਜੁਅਲ ਸੋਸ਼ਲ ਮੀਡੀਆ 'ਤੇ ਵੀ ਜਿਹੜੇ ਕੁਆਇਟ ਨੌਜਵਾਨ ਦਲੇਰੀ ਨਾਲ ਗੱਲ ਕਰਦੇ ਨੇ, ਪਰ ਇਹ ਜਿਹੜਾ ਸਾਰਾ ਸਿਸਟਮ ਜਿਹੜਾ ਕਿਤੇ ਨਾ ਕਿਤੇ ਡਰਿਆ ਸਹਿਮਿਆ ਐਸਟੈਬਲਿਸ਼ਮੈਂਟ ਦੇ ਨਾਲ ਹੈਂਗ ਕਰਦਾ, ਸ਼੍ਰੋਮਣੀ ਕਮੇਟੀ ਦੀਆਂ ਨੌਕਰੀਆਂ ਵੀ ਕਰਦੇ ਨੇ ਔਰ ਦੂਜੇ ਨੇ, ਮੈਂ ਸਮਝਦਾ ਵੀ ਇਸ ਮੁੱਦੇ 'ਤੇ ਜਿਹੜਾ ਇੱਕ ਟੈਸਟ ਸੀ, ਅਸੀਂ ਇੱਕ ਸ਼ੋਅ 'ਚ ਪਿਛਲੇ ਹਫ਼ਤੇ ਕਿਹਾ ਸੀ ਕਿ ਠੀਕ ਹੈ ਗਿਆਨੀ ਹਰਪ੍ਰੀਤ ਸਿੰਘ ਵੀ ਚਲਾ ਜਾਏ, ਕੋਈ ਹੋਰ ਫਰਕ ਨਹੀਂ ਪਏਗਾ ਕੋਈ ਵੀ, ਪਰ ਇਹ ਟੈਸਟ ਹੈ ਤੁਹਾਡਾ। ਔਰ ਮੈਂ ਇਸ ਗੱਲ ਦੇ ਉੱਤੇ ਖੁਸ਼ੀ ਦਾ ਵੀ ਇਜ਼ਹਾਰ ਕਰਦਾ ਔਰ ਮੁਬਾਰਕਬਾਦ ਵੀ ਦਿੰਦਾ ਇਹਨਾਂ ਨੂੰ ਜਿਹੜੇ ਬੇਸ਼ੱਕ ਉਸ ਸਿਸਟਮ ਦੇ ਵਿੱਚ ਹੀ ਨੇ ਕਿ ਉਹਨਾਂ ਨੇ ਇਹ ਜਿਹੜਾ ਰਾਮ ਮੰਦਿਰ ਦੇ ਨਾਂ ਥੱਲੇ ਇਨਵੀਟੇਸ਼ਨ ਡਰਾਮਾ ਪਰਸਨਲੀ ਡਿਲੀਵਰ ਇਹਨਾਂ ਦੇ ਮੂੰਹ 'ਤੇ ਮਾਰਿਆ, ਵਿਦ ਕੰਟੈਂਪਟ ਡੀਲ ਕੀਤਾ। ਜਦੋਂ ਗਿਆਨੀ ਹਰਪ੍ਰੀਤ ਸਿੰਘ ਕਹਿੰਦਾ ਜੀ ਮੈਂ ਤਾਂ ਦੇਖਿਆ ਹੀ ਨਹੀਂ, ਉਹ ਕਹਿੰਦਾ ਮੀਡੀਆ ਮੈਂ ਅਖਬਾਰ ਹੀ ਨਹੀਂ ਪੜ੍ਹੀ, ਤਾਂ ਮਤਲਬ ਇਹ ਹੈ ਕਿ ਵੀ ਆਈ ਹੈਵਨਟ ਹਰਡ ਇਟ, ਆਈ ਹੈਵ ਸੀਨ ਇਟ, ਤੁਸੀਂ ਐਗਜ਼ਿਸਟ ਹੀ ਨਹੀਂ ਕਰਦੇ। ਇੱਕ ਤਾਂ ਹੁੰਦਾ
ਤੁਸੀਂ ਉਹਦੇ ਤੇ ਫਿਰ ਟੀਕਾ ਟਿੱਪਣੀ ਕਰਦੇ ਹੋ ਜਾਂ ਕੁਝ ਕਹਿੰਦੇ ਹੋ ਔਰ ਇਸੇ ਅੰਦਾਜ਼ ਚ ਮੈਨੂੰ ਇਹ ਸੀ ਕਿ ਮਨਜਿੰਦਰ ਸਿਰਸਾ ਦਿੱਲੀ ਔਰ ਇਹ ਕੱਲਾ ਇਹ ਨਹੀਂ ਹੈ ਕਿ ਜੀ ਉਹਨਾਂ ਨੂੰ ਦਿਲੋਂ ਉਹਨਾਂ ਦੇ ਵਿੱਚ ਕੁਝ ਤਾਂ ਆਪਣਾ ਮੁੱਲ ਪਵਾਉਣਾ ਚਾਹੁੰਦੇ ਸੀ ਲੇਕਿਨ 76 ਜਦੋਂ ਅਸੀਂ ਇਹ ਕਹਿੰਦੇ ਹਾਂ ਕਿ ਡਾਇਸਪੋਰਾ ਦਾ 5 ਮਿਲੀਅਨ ਸਿੱਖ ਟ੍ਰੈਂਡ ਸੈਟਰ ਹੈ ਤੇ ਫਿਰ ਇਹਦਾ ਇੱਕ ਵੱਡਾ ਕਾਰਨ ਹੈ ਕਿ ਉਹਨਾਂ ਨੂੰ ਹਰ ਇੱਕ ਨੇ ਬਾਹਰ ਕੁਛ ਨਾ ਕੁਛ ਰੱਖਿਆ ਹੋਇਆ ਕਿਸੇ ਦੇ ਨਿਆਣੇ ਬਾਹਰ ਨੇ ਕਿਸੇ ਨੂੰ ਦੂਜਾ ਔਰ ਇਸ ਕਿਸਮ ਦਾ ਪ੍ਰਭਾਵ ਜਦੋਂ ਇੱਕ ਹਾਲਾਂ ਇਹਨੂੰ ਸ਼ਾਇਦ ਇੱਕ ਹਫ਼ਤੇ ਤੋਂ ਵੀ ਜ਼ਿਆਦਾ ਨਹੀਂ ਮਿਲਿਆ ਸਾਨੂੰ ਬਾਹਰਲੇ ਡਾਇਸਪੋਰਾ ਸਿੱਖਾਂ ਨੂੰ ਔਰ ਹਰ ਇੱਕ ਨੇ ਆਪਣੇ ਕੋਈ ਇਹਦੇ 'ਤੇ ਕਿਸੇ ਦੇ ਕ੍ਰੈਡਿਟ ਲੈਣ ਦੀ ਗੱਲ ਨਹੀਂ ਹੈ ਹਰ ਇੱਕ ਨੇ ਇਹ ਗੱਲ ਦੇਖ ਲਈ ਸੀ ਕਿ ਵੀ ਜੇ ਸਾਡੇ ਜਥੇਦਾਰ ਪੰਜਾਬ ਦੇ 3 ਤਖ਼ਤਾਂ ਦੇ ਗਏ ਲੇਕਿਨ ਚੰਗੀ ਗੱਲ ਇਹ ਹੋਈ ਕਿ ਈਵਨ ਪਟਨਾ ਸਾਹਿਬ ਹਜ਼ੂਰ ਸਾਹਿਬ ਵਾਲੇ ਵੀ ਦੌੜ ਗਏ ਹਾਲਾਂ ਮੈਨੂੰ ਇਹ ਲੱਗਦਾ ਸੀ ਵੀ ਹਜ਼ੂਰ ਸਾਹਿਬ ਤਾਂ ਉਹਨਾਂ ਦਾ ਆਪਣੇ ਕੰਟਰੋਲ 'ਚ ਹੈ ਸ਼ਿਵ ਸੈਨਾ ਦੇ ਅਤੇ ਪਟਨਾ ਸਾਹਿਬ ਵਾਲੇ ਐਂਕ ਹੁੰਦੇ ਨੇ ਉਹ ਜਿਹੜਾ ਇਕਬਾਲ ਸਿੰਘ ਨਾਂ ਦਾ ਇੱਕ ਜਮੂਰਾ ਜਿਹੜਾ ਠੱਗ ਹੈ ਬਨਾਰਸੀ ਠੱਗ ਭਾਈ ਗਜਿੰਦਰ ਸਿੰਘ ਹੋਰਾਂ ਨੇ ਵੀ ਇਸ ਦੇ ਉੱਤੇ ਕਿਹਾ ਉਹ ਤਾਂ ਵੈਸੇ ਹੀ ਕੱਢਿਆ ਹਾਂ ਉੱਥੋਂ ਬਦ ਇਖਲਾਕ ਆਦਮੀ ਉਹਨੂੰ ਔਰ ਉਹਨੇ ਆਪਣੇ ਉਹ ਜਿਹੜਾ ANI ਜਿਹੜੀ ਪ੍ਰਮੋਟ ਕਰਨਾ ਚਾਹੁੰਦੀ ਦੇਖੋ ਸਿੱਖ ਵੀ ਆਇਆ ਉਹ ਕਹਿ ਰਿਹਾ ਮੈਂ ਤਾਂ ਮੋਦੀ ਜੀ ਕੇ ਨਿਮੰਤਰਣ 'ਤੇ ਆਇਆ ਹਾਂ ਜੀ ਕਿ ਵੀ ਹੋਰ ਕੋਈ ਮੈਂ ਸਿੱਖਾਂ ਦੀ ਨੁਮਾਇੰਦਗੀ ਤਾਂ ਦੂਰ ਦੀ ਗੱਲ ਹੈ ਸੋ ਕੁੱਲ ਮਿਲਾ ਕੇ ਕੁਛ ਗੱਲਾਂ ਜੀ ਲਵ ਕੁਛ ਯੇ ਵੋ ਫਿਰ ਅਸੀਂ ਕਿਸੇ ਦਿਨ ਉਹਨੂੰ ਡੀਲ ਕਰਾਂਗੇ ਸਾਡੇ ਭੈਣ ਜੀ ਅਮਨਜੋਤ ਕੌਰ ਜਿਹਨਾਂ ਨੇ ਸਾਨੂੰ ਉਪਰੋਥਲੀ 4-5 ਜਿਹੜੀਆਂ ਲਿਖਤਾਂ ਲਿਖੀਆਂ ਨੇ ਇਹਨਾਂ ਪਿਛਲੇ 24 ਘੰਟਿਆਂ 'ਚ ਜਿਹਦੇ 'ਚ ਹੁਣ ਉੱਥੋਂ ਵਾਲਿਆਂ ਨੂੰ ਲੱਗਾ ਜੀ ਟਾਈਮ ਸਕੇਅਰ ਦੇ 5-7 ਜਿਹੜੇ ਦਿਖਾਏ ਨੇ ਉੱਥੇ ਮੀਡੀਆ ਉਹਨਾਂ ਦਾ ਟਵਿੱਟਰ ਔਰ ਦੂਜੇ ਹਾਈਲਾਈਟ ਕਰਦੇ ਨੇ ਜੀ ਹੁਣ ਜਿਹੜੀ ਸਟੋਰੀ ਉਹਨਾਂ ਨੇ ਕਿਲ ਕਰਨੀ ਆ ਉਹਨਾਂ ਨੇ ਕਿਲ ਕਰਨੀ ਹੈ ਨਾ ਵੀ ਹੋਏ ਉਹਨਾਂ ਨੇ ਹੁਣ ਇੱਦਾਂ ਦੇ RSS ਦੇ ਪੱਗਾਂ ਵਾਲੇ ਆਪਣੇ ਵੀ ਤਿਆਰ ਕਰ ਲਏ ਹੋਏ ਨੇ ਉਹਨਾਂ ਲਈ ਸ਼ਾਇਦ ਆਮ ਨੂੰ ਲੱਗੇ ਜੀ ਦੇਖੋ ਸਿੱਖ ਕੀ ਕਰ ਰਿਹਾ ਪਰ ਮੈਂ ਮੁਬਾਰਕਬਾਦ ਦੇਣਾ ਚਾਹੁੰਦਾ ਇਹਨਾਂ ਨੂੰ ਜਿਹਨਾਂ ਨੇ ਇਸ ਦੇ ਉੱਤੇ ਚੰਗਾ ਸਟੈਂਡ ਲਿਆ ਔਰ ਭਾਈ ਗਜਿੰਦਰ ਸਿੰਘ ਜਿਹੜੇ ਦਲ ਖਾਲਸਾ ਦੇ ਬਾਨੀਆਂ 'ਚੋਂ ਨੇ ਔਰ ਅੱਜ ਵੀ ਲਗਭਗ ਜੇ ਅਸੀਂ ਦੇਖੀਏ ਕਿ ਆਲਮੋਸਟ 37-38 ਸਾਲ ਤੋਂ ਜਲਾਵਤਨੀ 'ਚ ਨੇ ਉਹਨਾਂ ਨੇ ਇਸ ਦੇ ਉੱਤੇ ਮੰਦਰ ਸਮਾਗਮ 'ਚ ਸ਼ਾਮਲ ਨਾ ਹੋ ਕੇ ਸਮੁੱਚੀ ਕੌਮ ਨੇ ਹਿੰਦੂਤਵੀ ਤਾਕਤਾਂ ਨੂੰ ਸਪਸ਼ਟ ਸੁਨੇਹਾ ਦਿੱਤਾ ਸਿੱਖ ਹਿੰਦੂਤਵਾ ਦਾ ਹਿੱਸਾ ਨਹੀਂ ਭਾਈ ਗਜਿੰਦਰ ਸਿੰਘ ਔਰ ਉਹਨਾਂ ਨੇ ਕਿਹਾ ਕਿ ਵੀ ਇਹ ਦਲ ਖਾਲਸਾ ਦੇ ਜਲਾਵਤਨੀ ਆਗੂ ਭਾਈ ਗਜਿੰਦਰ ਸਿੰਘ ਨੇ ਸਿੱਖ ਕੌਮ ਦੇ ਆਗੂਆਂ ਵੱਲੋਂ ਰਾਮ ਮੰਦਰ ਦੇ ਅੱਜ ਹੋਏ ਭੂਮੀ ਪੂਜਨ ਵਿੱਚ ਨਾ ਜਾਣ 'ਤੇ ਖੁਸ਼ੀ ਦਾ ਪ੍ਰਗਟਾਵਾ ਕਰਦੇ ਹੋਏ ਭੇਜੇ ਆਪਣੇ ਸੁਨੇਹੇ ਵਿੱਚ ਲਿਖਿਆ ਇਹ ਜਾਣ ਕੇ ਖੁਸ਼ੀ ਹੋਈ ਹੈ ਕਿ ਸਿੱਖ ਕੌਮ ਦਾ ਕੋਈ ਵੀ ਹਿੱਸਾ ਜੀ ਰਾਮ ਮੰਦਰ ਦੇ ਭੂਮੀ ਪੂਜਨ ਸਮਾਗਮ 'ਚ ਸ਼ਾਮਲ ਨਹੀਂ ਹੋਇਆ ਕੌਮ ਦੇ ਸਭ ਧਾਰਮਿਕ ਅਤੇ ਸਿਆਸੀ ਹਿੱਸਿਆਂ ਨੇ ਸਾਂਝੇ ਤੌਰ 'ਤੇ ਕੌਮੀ ਵਿਲੱਖਣਤਾ ਦਾ ਪ੍ਰਗਟਾਵਾ ਕੀਤਾ ਹੈ ਜਿਸ ਲਈ ਸਭ ਮੁਬਾਰਕਬਾਦ ਦੇ ਹੱਕਦਾਰ ਹਨ ਇਸ ਸਮਾਗਮ ਵਿੱਚ ਸ਼ਾਮਲ ਨਾ ਹੋ ਕੇ ਸਮੁੱਚੀ ਕੌਮ ਨੇ ਹਿੰਦੂਤਵੀ ਤਾਕਤਾਂ ਨੂੰ ਬਹੁਤ ਸਪਸ਼ਟ ਮੈਸੇਜ ਦਿੱਤਾ ਹੈ ਕਿ ਸਿੱਖ ਹਿੰਦੂਤਵਾ ਦਾ ਹਿੱਸਾ ਨਹੀਂ ਹਨ ਇਕਬਾਲ ਸਿੰਘ ਬਾਰੇ ਉਹਨਾਂ ਨੇ ਕਿਹਾ ਕਿ ਇਹ ਤਾਂ ਜਿਹੜਾ ਬਨਾਰਸੀ ਉਬਲੀਕ ਨਾਗਪੁਰੀ ਹੈ ਕਿ ਵੀ ਇਸ ਦਾ ਇਹ ਬਨਾਰਸੀ ਠੱਗ ਵੀ ਹੈ ਬਨਾਰਸ ਦੇ ਠੱਗ ਵੀ ਹੁੰਦੇ ਨੇ ਵੈਸੇ ਤਾਂ ਉੱਥੇ ਬੈਠੇ ਹੀ ਠੱਗ ਨੇ ਅਤੇ ਨਾਗਪੁਰ RSS ਦਾ ਹੈੱਡਕੁਆਰਟਰ ਹੈ ਸੋ ਮੈਂ ਸਮਝਦਾ ਹਾਂ ਕਿ ਵੀ ਇਹ ਸਾਰੇ ਦੇ ਨਾਲ ਔਰ ਮੈਂ ਡਾਇਸਪੋਰਾ ਸਿੱਖਾਂ ਨੂੰ ਖਾਸ ਤੌਰ 'ਤੇ ਨਿਊਯਾਰਕ 'ਚ ਇਹ 2 ਦਿਨ ਦੇ ਨੋਟਿਸ 'ਤੇ ਟਾਈਮ ਸਕੇਅਰ ਵਾਲਾ ਪ੍ਰੋਟੈਸਟ ਔਰਗਨਾਈਜ਼ ਹੁੰਦਾ ਔਰ ਸਾਰੀਆਂ ਜਥੇਬੰਦੀਆਂ ਔਰ ਗੁਰਦੁਆਰਾ ਕਮੇਟੀਆਂ ਇਸ 'ਚ ਪੂਰਾ ਸਹਿਯੋਗ ਕਰਦੀਆਂ ਨੇ ਗੁਰਦੁਆਰਾ ਰਿਚਮੰਡ ਹਿੱਲ ਜਿਹੜੀ ਮਦਰ ਆਫ ਆਲ ਇੰਸਟੀਟਿਊਸ਼ਨਸ ਹੈ ਈਸਟ ਕੋਸਟ ਦੇ ਵਿੱਚ ਉਹਨਾਂ ਦੇ ਵੀ ਸਾਰੇ ਅਹੁਦੇਦਾਰ ਔਰ ਇਸੇ ਤਰ੍ਹਾਂ ਬਾਕੀ ਸਾਰੀਆਂ ਸਿੱਖਸ ਫੋਰ ਜਸਟਿਸ ਬਾਕੀ ਸਭ ਦਾ ਮੈਂ ਨਾਂ ਲਿਆ ਪਹਿਲਾਂ ਵੀ ਉਹਨਾਂ ਦੀ ਜਿਹੜੀ ਹੈ ਫੁੱਲ ਪਾਰਟੀਸਪੇਸ਼ਨ ਸੀ ਔਰ ਜੋਸ਼ੋ ਖਰੋਸ਼ ਦੇਖਣ ਵਾਲਾ ਸੀ ਔਰ ਉਹਦੇ 'ਚ ਇਕੱਲਾ ਇਹ ਨਹੀਂ ਸੀ ਕਿ ਵੀ ਅਸੀਂ ਕਿਉਂਕਿ ਉਹਨਾਂ ਨੂੰ ਵੀ ਜਦੋਂ ਤੱਕ ਤੁਸੀਂ ਉਹਨਾਂ ਦੀ ਜ਼ਬਾਨ 'ਚ ਗੱਲ ਨਾ ਸਮਝਾਓ ਸਮਝ ਨਹੀਂ ਆਉਂਦੀ ਤਾਂ ਫਿਰ ਸਰਬਜੀਤ ਸਿੰਘ ਹੋਰਾਂ ਨੇ ਜਿਹੜੀ ਹੈ ਤੁਲਸੀ ਰਮਾਇਣ ਦੀ ਜ਼ਬਾਨ ਦੇ ਵਿੱਚ ਉਹਨਾਂ ਨੂੰ ਰਮਾਇਣ ਵੀ ਸਮਝਾਈ ਕੀ ਹੈ ਔਰ ਜਿਹੜੇ ਫਿਰ ਨਾਰੇ ਗੂੰਜਦੇ ਨੇ ਕਿਉਂਕਿ ਅਸੀਂ ਇੱਦਾਂ ਦੇ ਵੇਲੇ ਥੋੜ੍ਹਾ ਲਾਈਵ ਤੋਂ ਗੁਰੇਜ਼ ਵੀ ਕਰਦੇ ਹਾਂ ਉਹ ਫਿਰ ਉਹਨਾਂ ਨੂੰ ਹੀ ਸਮਝ ਆ ਸਕਦੇ ਨੇ ਕਿ ਭਾਈ ਪੰਜਾਬੀ ਜ਼ਬਾਨ ਜਿੱਥੇ ਮਿੱਠੀ ਪਿਆਰੀ ਔਰ ਮਾਖਿਓ ਸ਼ਹਿਦ ਵਰਗੀ ਹੈ ਅਤੇ ਜਦੋਂ ਫਿਰ ਰੋਹ ਜਾਗਦਾ ਤਾਂ ਫਿਰ ਇਹ ਕੱਲ੍ਹ ਦੇ ਉਹ ਹਿੰਦੂ ਤੋਂ ਵੀ ਦੱਸ ਸਕਦੇ ਨੇ ਕਿ ਵੀ ਉਹ ਜਿਹੜੀ ਕਿਹੜੀ ਗਾਲ ਉਹਨਾਂ ਨੂੰ ਕਿੱਥੇ ਕਿੱਥੇ ਲੱਗੀ ਹੈ ਕਿਹੜੀ ਕਿਹੜੀ ਵੱਖੀ ਕਿਹੜਾ ਕਿਹੜਾ ਉਹਨਾਂ ਦਾ ਅੰਗ ਦੁਖਦਾ ਪਰ ਮੈਂ ਸਮਝਦਾ ਵੀ ਚੈਲੇਂਜ ਬੜਾ ਜ਼ਰੂਰੀ ਸੀ ਚੈਲੇਂਜ ਨੇ ਹੀ ਅੱਜ ਤੱਕ ਕੌਮਾਂ ਨੂੰ ਜਿਉਂਦਿਆਂ ਰੱਖਿਆ ਜਦੋਂ ਚੈਲੇਂਜ ਮੁੱਕ ਸਿੱਖ ਦਾ ਮਤਲਬ ਹੀ ਚੈਲੇਂਜ ਹੈ
जे सिख चो चैलेंज मुक जाए फिर वो बाकी तो धार्मिक गल्लां सारे ही लोग करते हैं, इबादत दियां गल्लां भी हर हर एक दे कोल ने, और यही बाबे नानक ने सिख कौम नूं यही गुड़ती दित्ती हुई है उस धरती ते खलो के, अमनाबाद की धरती ते, पंजाब की धरती ते खलो के गुरु नानक साहब ने जालम नूं वंगारदिआं ये फरमाया सी जी, सच की बाणी नानक आखे सच सुनाए सी सच की बेला। सच की गल बाबा नानक कह रहे हैं और उदो कह रहे हैं जो सच कहण दा वेला है। पर मैं समझदा भी सिखां ने इन्हां हिंदू तवियां दीआं अखां च अखां पा के कहा कि तुहानू जमना पार भी भजावांगे ते तुहानू असी साउथ एशिया च जुलम नहीं करन देंगे। सो ये बहुत मुबारक वाली गल है जी। डॉक्टर साहब इसे दे नाल एक ब्रेक दे लई इत्थे रुकांगे व्यूअर्स, ब्रेक तो बाद गलबात अगे तोड़दे हां।